ਰਕਸ਼ੇ ਆਪਣੇ ਨੂੰ ਉਹਨੇ ਅੱਗ ਲਾਈ ਔਰ ਪੁਲਿਸ ਨਾਲ ਲੜ ਰਿਹਾ ਹੈ। ਪਹਿਲੋਂ ਇਹ ਤੁਸੀਂ ਵੀਡੀਓ ਦੇਖੋ, ਬਾਅਦ 'ਚ ਗੱਲ ਕਰਦੇ, ਤੁਹਾਨੂੰ ਦੱਸਣੇ ਆ ਕੀ ਵਜ੍ਹਾ ਬਣੀ। ਚੰਦ ਦਿਨ ਪਹਿਲੋਂ ਜੀ ਇਹ ਡਿਸਟ੍ਰਿਕਟ ਕੁਆਟਰ ਹਸਪਤਾਲ ਬਾਵਲ ਨਗਰ ਦੇ ਅੱਗੇ ਵਾਕਿਆ ਪੇਸ਼ ਆਇਆ ਜੀ। ਇੱਕ ਰਕਸ਼ੇ ਵਾਲਾ ਹੈ, ਉਹਦੇ 'ਤੇ ਇਹਨਾਂ ਨੇ ਚਲਾਨ ਕੀਤਾ, ਕੋਈ ਜ਼ਬਰਦਸਤੀ ਕੀਤਾ, ਕੋਈ ਪੈਸਿਆਂ ਦਾ ਮੁਤਾਲਬਾ ਸੀ। ਇਹ ਹੁਣ ਦੇਖੋ ਜੀ, ਇਹ ਕੀ ਇੱਜ਼ਤ ਹੈ ਪਾਕਿਸਤਾਨ ਦੀ, ਇਸ ਪੁਲਿਸ ਦੀ, ਟ੍ਰੈਫਿਕ ਪੁਲਿਸ ਦੀ ਕੀ ਇੱਜ਼ਤ ਹੈ। ਉਸ ਗਰੀਬ ਆਦਮੀ ਹੈ, ਉਹਦੇ 'ਤੇ ਇਹਨਾਂ ਚਲਾਨ ਕੀਤਾ, ਉਹ ਗੁੱਸੇ 'ਚ ਆ ਕੇ ਉਹਨੇ ਰਕਸ਼ਾ ਚੌਂਕ 'ਚ ਖੜ੍ਹਾ ਕੀਤਾ ਔਰ ਉਹਦੇ ਉੱਪਰ ਅੱਗ ਲਾ ਦਿੱਤੀ, ਆਪਣੇ ਰਕਸ਼ੇ ਨੂੰ ਅੱਗ ਲਾ ਦਿੱਤੀ ਹੈ। ਗੁੱਸੇ 'ਚ ਆ ਕੇ, ਤੈਸ਼ 'ਚ ਆ ਕੇ ਕੀ ਇਹ ਚਲਾਨ ਕੀਤਾ, ਇਸ ਚਲਾਨ ਦੀ ਵਜ੍ਹਾ ਤੋਂ ਉਹ ਚਲਾਨ ਨਹੀਂ ਪੇ ਕਰ ਸਕਦਾ, ਉਹਦੇ 'ਚ ਨਹੀਂ ਗੁੰਜਾਇਸ਼ ਹੈਗੀ ਸੀ। ਅਗਰ ਚਲਾਨ ਨੂੰ ਪੇ ਕਰ ਸਕਦਾ ਇਹਨਾਂ ਦਾ, ਤਾਂ ਉਹ ਰਕਸ਼ੇ ਨੂੰ ਅੱਗ ਹੀ ਲਾਉਣੀ ਸੀ ਉਹਨੇ ਗੁੱਸੇ 'ਚ ਆ ਕੇ। ਠੀਕ ਹੈ, ਇਹ ਪਾਕਿਸਤਾਨ ਦੀ ਪੁਲਿਸ ਦਾ ਹਾਲ ਦੇਖ ਲਓ ਜੀ। ਦੇਖੋ ਹੁਣ ਉਹ ਉਹਦੇ ਬੱਖੇ ਪੈ ਰਿਹਾ, ਉਹਨੂੰ ਮਾਰ ਰਿਹਾ, ਕੀ ਇੱਜ਼ਤ ਹੈ ਯਾਰ, ਕੋਈ ਹੈ ਭਾਰ ਇਸ ਹਕੂਮਤ ਦਾ। ਜਦੋਂ ਹਕੂਮਤ ਹੀ ਇਨਸਾਫ 'ਤੇ ਨਹੀਂ ਚੱਲਦੀ, ਉਦੋਂ ਫਿਰ ਇਹ ਵਾਕਏ ਇੱਦਾਂ ਦੇ ਪੇਸ਼ ਆਉਂਦੇ ਨੇ। ਬਾਕੀ ਇਹ ਡਰਾਈਵਰ ਸਾਹਿਬਾਨ ਨੇ, ਗਰੀਬ ਗੁਰਬ ਆਦਮੀ ਨੇ, ਇਹਨਾਂ ਨਾਲ ਕੋਈ ਤਾਵਨ ਕਰਨਾ ਚਾਹੀਦਾ ਮਾੜਾ ਚੰਗਾ। ਇਹ ਕੋਈ ਇੱਜ਼ਤ ਤਾਂ ਨਹੀਂ ਹੈਗੀ ਪੁਲਿਸ ਦੀ, ਟ੍ਰੈਫਿਕ ਪੁਲਿਸ ਦੀ ਕੀ ਇੱਜ਼ਤ ਹੈ, ਔਰ ਪਾਕਿਸਤਾਨ ਦੀ ਵੀ ਇਹਦੇ